ਹਾਂਜੀ ਭਾਈ, ਕੀ ਨਾਮ ਤੁਹਾਡਾ? ਸ਼ੀਸ਼ ਪਲਟਾ। ਪਲਟਾ ਜੀ, ਕਿਹੜੀ ਸੈਨਾ ਤੋਂ? ਸ਼ਿਵ ਸਰਾ ਪੰਜਾਬ। ਕੀ ਮਾਮਲਾ ਹੋਇਆ ਪਲਟਾ ਜੀ? ਅੱਜ ਸ਼ਿਵਰਾਤਰੀ ਦੀ ਕਲੈਕਸ਼ਨ ਕਰ ਰਹੇ ਸੀ, ਭਾਈ ਸ਼ਰਮਾ ਜੀ ਨਾਲ ਸੀ ਮੇਰੇ, ਜਿੰਮੀ ਕਰਵਲ ਜੀ, ਵਿਨੇ ਜੀ। ਅਸੀਂ ਵੀ ਐਸ ਜੁਵੈਲਰ ਦੇ ਅੰਦਰ ਬਾਬੂ ਮਹਾਰਾਜ ਦੇ ਮੁਹੱਲੇ ਦੇ ਵਿੱਚ ਅੰਦਰ ਵੀ ਐਸ ਜੁਵੈਲਰ ਪਰਚੀ ਕਢਾਉਣ ਚੱਲੇ ਅਤੇ ਸੱਤ ਚਾਰ ਪੰਜ ਛੇ ਜਣੇ ਪਹਿਲਾਂ ਸਾਡੇ ਦੇ ਚਪੇੜਾ ਚਪੜਾ ਮਾਰੀਆਂ ਆ ਕੇ ਇਹਨਾਂ ਨੇ ਬਹੁਤ ਕੇ ਭੱਜ ਕੇ ਜਾਨ ਬਚਾਈ ਆ। ਫਿਰ ਸਾਡੇ ਮਗਰ ਹਾਕੀਆਂ ਲੈ ਕੇ ਆ ਕੇ, ਬੇਸਬੋਲ ਲੈ ਕੇ, ਦੋ ਨੰਬਰ ਗਲੀ ਸੁਭਾਸ਼ ਨਗਰ, ਅਤੇ ਇੱਕ ਘਰ ਖੁੱਲ੍ਹਾ ਦੀ ਮੇਰੇ ਹਾਕੀਆਂ ਮਾਰੀਆਂ, ਮੇਰੇ ਪੈਰ ਸੁੱਜੇ ਪਏ ਸਾਰੇ। ਕੋਈ ਗੱਲ ਨਹੀਂ ਹੋਈ, ਹੋਈ ਕੋਈ ਬਾਤ ਨਹੀਂ ਹੋਈ। ਆਪਣੇ ਪਿੰਦਾ ਪਿੰਦਾ ਕਹਿੰਦਾ ਸੀ, ਮੈਂ ਪਿੰਦਾ ਕਹਿੰਦਾ ਤੈਨੂੰ ਮਾਰ ਹੀ ਦੇਣਾ, ਜਾਨੋ ਹੀ ਮਾਰਨਾ ਤੈਨੂੰ ਕਹਿੰਦਾ। ਕਿੰਨੇ ਲੋਕ ਸੀ? ਸੱਤ ਅੱਠ ਜਣੇ ਦਾ ਹੈਗੇ ਸੀ ਨਾ। ਤੇ ਕੀ ਕੋਈ ਪੁਰਾਣੀ ਰੰਜਸ ਵਗੈਰਾ ਦੇ ਹਮਲਾ ਹੋਇਆ? ਪਤਾ ਨਹੀਂ ਸਾਨੂੰ, ਤੁਹਾਨੂੰ ਸਾਡੀ ਤੱਕ ਪੁਰਾਣੀ ਰੰਜਸ ਚੱਲੀ। ਤੁਸੀਂ ਪੰਡਾ ਹੀ ਕਿੰਨੇ ਲੋਕ ਸੀ? ਅਸੀਂ ਚਾਰ ਜਣੇ ਕਲੈਕਸ਼ਨ ਕਰ ਰਹੇ ਸ਼ਿਵਰਾਤਰੀ ਸ਼ੋਭਾ ਯਾਤਰਾ। ਉਹਨਾਂ 'ਤੇ ਵੀ ਹਮਲਾ ਹੋਇਆ? ਹਾਂ, ਉਹਨਾਂ ਦਾ ਉਹ ਜਦ ਤੱਕ ਉਹ ਸਮਾਨ ਬੇਸਬੋਲ ਆ ਕੇ ਲੈ ਗਏ, ਉਹ ਮੋਹਰੇ ਮੋਹਰੇ ਨਿਕਲ ਗਏ। ਮੈਂ ਆਪਣਾ ਬਚਾਅ ਕਰਦਾ ਰਿਹਾ, ਭੱਜੀ ਗਿਆ, ਅਤੇ ਜੇ ਮੈਂ ਨਾ ਘਰ ਦੇ ਅੰਦਰ ਵੜਦਾ ਤਾਂ ਉਹ ਕਹਿੰਦੇ ਤੈਨੂੰ ਮਾਰੇ ਦੇਣਾ। ਇੱਕ ਬੈਗ ਸੀਗਾ ਕਲੈਕਸ਼ਨ ਦਾ, ਉਹ ਵੀ ਹੈ ਨਹੀਂਗਾ। ਸਵੇਰ ਦੀ ਕਲੈਕਸ਼ਨ ਨਹੀਂ ਕਰਦੇ ਭਾਅ ਜੀ, ਹੋਊਗਾ ਵੀ 25,000 35,000 ਪਤਾ ਨਹੀਂ, ਕੁਛ ਅੰਦਾਜ਼ਾ ਨਹੀਂ। ਬਾਕੀ ਕੋਈ ਹੋਰ ਸਮਾਨ ਤੁਹਾਡਾ ਤੇ ਨਹੀਂ ਕੋਈ? ਨਹੀਂ, ਹੋਰ ਨਹੀਂ। ਬੜੇ ਕੀ ਕਹਿਣਾ ਚਾਹੁੰਦੇ ਪੁਲਿਸੋਂ ਤੁਸੀਂ, ਜਿਹੜਾ ਇਦਾਂ ਦਾ ਤੁਹਾਡੇ ਨੇ ਹੋਈ ਆ? ਮੈਨੂੰ ਇਨਸਾਫ ਦਿਲਾਇਆ ਜਾਵੇ। ਹਾਂਜੀ ਮੈਂ, ਹਾਂਜੀ ਮੈਂ, ਮਾਮਲਾ ਜਿਹੜਾ ਕਿ ਲੜਾਈ ਹੋਈ ਆ। ਇੱਕ ਤਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਮਿਸਟਰ ਰਜੇਸ਼ ਪਲਟਾ ਨੇ, ਉਹਨਾਂ ਦੇ ਕਿਸੇ ਨੇ ਇੱਦਾਂ ਕੁਛ ਲੜਕੇ ਨੇ ਜਿਨ੍ਹਾਂ ਨੇ ਸੁਭਾਸ਼ ਨਗਰ ਦੇ ਏਰੀਆ ਦੇ ਵਿੱਚ ਕੁਛ ਇਹਨਾਂ ਦਾ ਆਪਸ ਵਿੱਚ ਲੜਾਈ ਝਗੜਾ ਹੋਇਆ ਅਤੇ ਇਹਨਾਂ 'ਤੇ ਸੱਟਾਂ ਲੱਗੀਆਂ ਨੇ। ਅਸੀਂ ਮੌਕੇ 'ਤੇ ਆਏ ਹਾਂ, ਇਹਨਾਂ ਦੀ ਸਟੇਟਮੈਂਟ ਵੀ ਰਿਕਾਰਡ ਕਰ ਰਹੇ ਹੈਗੇ ਔਰ ਜੋ ਐਜ਼ ਪਰ ਲੀਗਲ ਐਕਸ਼ਨ ਹੋਏਗਾ ਵੀ ਵਿਲ ਟੇਕ ਕੇਅਰ। ਔਰ ਪੁਲਿਸ ਨੇ ਵੀ ਡਿਪਿਊਟਿਡ ਆਰ ਪਾਰਟੀਜ਼ ਟੂ ਰਾਊਂਡ ਅਪ, ਜਿਹਨੇ ਵੀ ਇਹ ਜਿਨ੍ਹਾਂ ਦੀ ਸਕਫਲ ਹੋਈ ਆਪਸ 'ਚ ਲੜਾਈ ਝਗੜਾ ਕੀਤਾ ਹੈ, ਕਾਨੂੰਨ ਨੂੰ ਹੱਥ 'ਚ ਲਿਆ, ਉਹ ਸਾਰੇ ਅਸੀਂ ਬੰਦੇ ਰਾਊਂਡ ਅਪ ਕਰਾਂਗੇ ਐਂਡ ਵੀ ਵਿਲ ਮੇਨਟੇਨ ਕੰਪਲੀਟ ਏ ਪੀਸਫੁਲ ਸਿਨੈਰੀਓ ਇਹਦਾ ਮੇਨਟੇਨ ਰਹੇ ਫਗਵਾੜਾ ਦਾ। ਔਰ ਅਸੀਂ ਪੁਲਿਸ ਡਿਪਲੋਏ ਕਰ ਰਹੇ ਹਾਂ ਜੀ ਜੀ ਜੀ। ਸਾਨੂੰ ਇਹ ਪਤਾ ਲੱਗਿਆ ਵੀ ਆਰ ਵੈਰੀਫਾਈਂਗ ਇੰਟਾਇਰ ਮੈਟਰ ਵੀ ਕਿਵੇਂ ਕਿਵੇਂ ਹੋਇਆ, ਕੌਣ ਕੌਣ ਆਇਆ, ਕਿਹੜੇ ਕਿਹੜੇ ਨੋਟ ਸੀਗੇ ਇਸ ਕਪਲ ਦੇ ਵਿੱਚ। ਵੀ ਵਿਲ ਟੇਕ ਐਕਸ਼ਨ ਐਜ਼ ਪਰ ਲੋ। ਮੈਨੇ ਪਲਟਾ ਹੀ ਨਹੀਂ ਦੱਸਿਆ ਵੀ ਕੌਣ ਲੋਕ ਸੀ ਉਹ। ਹਾਂਜੀ, ਅਸੀਂ ਇਹਨਾਂ ਦੀ ਸਟੇਟਮੈਂਟ ਰਿਕਾਰਡ ਕਰ ਰਹੇ ਹਾਂ, ਦੱਸਿਆ ਵੀ ਆਰ ਵੈਰੀਫਾਈਂਗ ਔਰ ਅਸੀਂ ਸਾਰਾ ਐਜ਼ ਪਰ ਜੋ ਵੀ ਹੈ ਵੈਰੀਫਾਈ ਕਰਕੇ ਇਨਵੈਸਟੀਗੇਟ ਕਰਕੇ ਇਹਨੂੰ ਪ੍ਰੋਪਰ ਇਹਦਾ। ਮੈਮ ਇਹ ਕਿਹੜੀ ਸੰਸਥਾ ਤੋਂ ਹੈ, ਪਤਾ ਕੁਛ ਸਾਹਮਣੇ ਆਇਆ? ਇਹ ਜੀ ਦੋਨੋਂ ਅਲੱਗ ਅਲੱਗ ਸੰਸਥਾਵਾਂ ਤੋਂ ਨੇ ਔਰ ਮਲਟੀਪਲ ਲੋਕਾਂ ਦੇ ਨਾਮ ਹੈਗੇ ਨੇ ਵਿੱਚ ਇਹਦੇ, ਅਤੇ ਅਸੀਂ ਵੈਰੀਫਾਈ ਕਰਕੇ ਵੀ ਵਿਲ ਟੇਕ। ਝਗੜੇ ਦਾ ਕਾਰਨ ਵੀ ਸਾਹਮਣੇ ਆਇਆ ਮੈਡਮ? ਫਿਲਹਾਲ ਤਾਂ ਇਹ ਦੱਸ ਰਹੇ ਨੇ ਕਿ ਇਹ ਮੋਮੈਂਟਰੀਲੀ ਹੋਇਆ, ਉਸੇ ਮੌਕੇ 'ਤੇ ਹੀ ਹੋਇਆ, ਅਤੇ ਇਸ ਚੀਜ਼ ਨੂੰ ਅਸੀਂ ਵੈਰੀਫਾਈ ਕਰਾਂਗੇ। ਮੈਮ ਇਹਨਾਂ ਨੇ ਪਲਟਾ ਹੀ ਦੱਸਿਆ ਵੀ ਅਸੀਂ ਕਿਉਂ ਉੱਧਰ ਨੂੰ ਗਏ ਸੀ? ਇਹਨਾਂ ਦਾ ਕੋਈ ਸ਼ਿਵਰਾਤਰੀ ਦਾ ਸੀਗਾ ਸਮਾਗਮ, ਉਹਦੇ ਸੰਬੰਧ ਦੇ ਵਿੱਚ ਹੀ ਉੱਧਰ ਕਲੈਕਸ਼ਨ ਕਰਨ ਗਏ ਸੀਗੇ, ਅਤੇ ਉੱਥੇ ਮੌਕੇ 'ਤੇ ਇਹਨਾਂ ਦਾ ਕੋਈ ਆਰਗੂਮੈਂਟ ਹੋਇਆ, ਦੋਨੋਂ ਪਾਰਟੀਆਂ ਦਾ ਲੜਾਈ ਝਗੜਾ ਹੋਇਆ, ਅਤੇ ਜਿਹਦੇ ਵਿੱਚ ਇਹ ਸਫਲ ਦੇ ਵਿੱਚ ਇਹਨਾਂ ਦੀ ਆਪਸ ਵਿੱਚ। ਮੈਮ ਉੱਥੇ ਸੀਸੀ ਕੈਮਰੇ ਫੁਟੇਜ? ਜੀ ਜੀ, ਇਹ ਸਾਡੀ ਟੀਮਸ ਲੈ ਰਹੀਆਂ ਨੇ, ਕਲੈਕਟ ਕਰ ਰਹੇ ਅਸੀਂ ਸਾਰਾ ਵੈਰੀਫਾਈ ਕਰਕੇ। ਵੀ ਵਿਲ ਟੇਕ ਸਟ੍ਰਿਕਟ ਐਕਸ਼ਨ, ਜਿੱਥੇ ਵੀ ਜੋ ਸਫਲ ਹੋਏ, ਜਿੰਨੇ ਕੋਈ ਸਿੱਟਾਂ ਮਾਰੀਆਂ ਨੇ, ਵੀ ਵਿਲ ਟੇਕ ਸਟ੍ਰਿਕਟ ਐਕਸ਼ਨ। ਕੀ ਦੂਸਰੀ ਪਾਰਟੀ ਦਾ ਕੋਈ ਦਾਖਲ ਹੋਇਆ ਹਸਪਤਾਲ 'ਚ? ਅਜੇ ਸਾਨੂੰ ਇਹਨਾਂ ਦਾ ਹੀ ਪਤਾ ਲੱਗਿਆ ਜੀ, ਵੀ ਆਰ ਸਟਿਲ ਵੈਰੀਫਾਈਂਗ। ਹਾਂਜੀ ਮੈਡਮ, ਕੀ ਮਾਮਲਾ ਹੈ? ਸਰ ਤੋਂ ਪੇਸ਼ੈਂਟ ਆਏ ਨੇ ਰਾਜੀ ਸੁਭਾਸ਼ ਨਗਰ ਤੋਂ, ਅਸੋਲਟ ਹੋਇਆ ਸੁਭਾਸ਼ ਨਗਰ ਦੇ ਵਿੱਚ, ਅਤੇ ਜੋ ਸੱਟਾਂ ਲੱਗੀਆਂ ਨੇ ਅੰਡਰ ਆਬਜ਼ਰਵੇਸ਼ਨ ਨੇ, ਐਕਸਰੇ ਤੋਂ ਬਾਅਦ ਅਸੀਂ ਦੱਸਾਂਗੇ ਵਟ ਐਵਰ। ਜੋ ਕਿੱਦਾਂ ਲੱਗੀ ਕੰਡੀਸ਼ਨ ਮੈਡਮ? ਕੰਡੀਸ਼ਨ ਉਹਦਾ ਠੀਕ ਹੈ ਪੇਸ਼ੈਂਟ ਦੀ, ਬਟ ਕੋਈ ਸਸਪੈਕਟਡ ਜੇ ਫ੍ਰੈਕਚਰ ਹੋਊਗਾ ਐਕਸਰੇ ਤੋਂ ਬਾਅਦ ਪਤਾ। ਕਿਹੜੀ ਜਗ੍ਹਾ ਰਹਿਣ ਵਾਲੇ ਦੱਸਿਆ ਇਹਨਾਂ ਨੇ? ਸੁਭਾਸ਼ ਨਗਰ। ਠੀਕ ਹੈ, ਸਫਾਈ ਜ਼ਿਆਦਾ ਤਾਂ ਨਹੀਂ ਹੈ? ਨਹੀਂ, ਉਹਦਾ ਠੀਕ ਹੈ।